ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 25 ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 25 ਜਨਵਰੀ ਜਿਵੇਂ ਸਵੇਰ ਵਾਲੀ ਵੀਡੀਓ ਵਿੱਚ ਦੱਸਿਆ ਹੋਇਆ ਸੀਗਾ ਕਿ ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲੇਗੀ ਤੇ ਬਾਅਦ ਵਿੱਚ ਤੇ ਤੁੰਦ ਤੇ ਚਾਦਰ ਅੱਜ ਵੀ ਫਟਣ ਦੀ ਸੰਭਾਵਨਾ ਸੀ ਉਸੇ ਤਰ੍ਹਾਂ ਹੀ ਹੋਇਆ ਕਈ ਇਲਾਕਿਆਂ ਦੇ ਵਿੱਚ ਅੱਜ ਵੀ ਪੰਜਾਬ ਦੇ ਬਾਅਦ ਦੁਪਹਿਰ ਤੱਕ ਬਰੀਆ ਧੁੱਪ ਦੇਖਣ ਨੂੰ ਮਿਲ ਰਹੀ ਹੈ ਤੇ ਕੁਝ ਕੁ ਇਲਾਕੇ ਜਿਵੇਂ ਵੀ ਸਨ ਕਿ ਜਿਨ੍ਹਾਂ ਦੇ ਵਿੱਚ ਸੂਰਜ ਅੱਜ ਵੀ ਦਿਖਾਈ ਨਹੀਂ ਦਿੱਤਾ ਤੇ ਟੈਂਪਰੇਚਰ ਵੀ ਕੱਲ ਦੇ ਮੁਕਾਬਲੇ ਥੋੜਾ ਜਿਹਾ ਵਧਿਆ ਹੈ ਕੱਲ ਪੰਜਾਬ ਵਿੱਚ ਸਭ ਤੋਂ ਠੰਡਾ ਦਿਨ ਸੀਗਾ ਤੇ ਦੂਸਰੇ ਪਾਸੇ ਜਿਵੇਂ ਇੱਕ ਪੱਛਮੀ ਸਿਸਟਮ ਆ ਰਿਹਾ ਸੀਗਾ ਉਸ ਦਾ ਵੀ ਪੰਜਾਬ ਉੱਤੇ ਪ੍ਰਭਾਵ ਪੈ ਰਿਹਾ ਹੈ ਜੀ ਸਰਕਾਰ ਦੇ ਟੈਂਪਰੇਚਰ ਵਧਿਆ ਹੈ ਤੇ ਥੋੜੀ ਜਿਹੀ ਠੰਡ ਤੋਂ ਰਾਹਤ ਹੈ ਤੇ ਦੂਸਰੇ ਪਾਸੇ ਕੱਲ ਅੱਜ ਰਾਤ ਵੀ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਕੱਲ ਨੂੰ ਪੰਜਾਬ ਦੇ ਉੱਪਰ ਦੀ ਜਿਹੜਾ ਸਿਸਟਮ ਆ ਰਿਹਾ ਹੈ ਉਸ ਦਾ ਥੋੜਾ ਬਹੁਤਾ ਪ੍ਰਭਾਵ ਪਾਵੇਗਾ ਤੇ ਕੁਝ ਇੱਕ ਇਲਾਕਿਆਂ ਦੇ ਵਿੱਚ ਹੋ ਸਕਦਾ ਹੈ ਕਿ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਕਿਤੇ ਭੂਰ ਜਿਹੀ ਮੀਂਹ ਦੀ ਵੀ ਪੈ ਸਕਦੀ ਹੈ ਖਾਸ ਕਰਕੇ ਤਰਨਤਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਦੇ ਪਹਾੜੀ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਕਿਤੇ ਸ਼ੈਟਪੁੱਟ ਕਾਰਵਾਈਆਂ ਹੋ ਸਕਦੇ ਹਨ ਬਾਕੀ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਇਸ ਜਿਹੜਾ ਸਿਸਟਮ ਆ ਰਿਹਾ ਹੈ ਵਿੱਚ ਕੋਈ ਖਾਸ ਤਾਂ ਨਹੀਂ ਦਿਖਾਈ ਦੇ ਰਹੀਆਂ ਉਹਨਾਂ ਵਿੱਚ ਵੀ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਜ਼ਿਆਦਾਤਰ ਮੀਂਹ ਜਿਹੜਾ ਹੈ ਉਹ 30 31 ਤਰੀਕ ਦੇ ਆਸ-ਪਾਸ ਸਾਰੇ ਹੀ ਪੰਜਾਬ ਵਿੱਚ ਚੰਗੇ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਤੇ ਪਹਾੜਾ ਵਿੱਚ ਵੱਡੇ ਪੱਧਰ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਬਣ ਰਹੀ ਹੈ ਤੇ ਉਦੋਂ ਤੁਹਾਰ ਪੰਜਾਬ ਦਾ ਮੌਸਮ ਸਾਫ ਹੋਣਾ ਸ਼ੁਰੂ ਹੋ ਜਾਵੇਗਾ ਤੇ ਚੰਗੀ ਧੁੱਪ ਨਿਕਲਿਆ ਕਰੇਗੀ ਤੇ ਜਿਹੜੀ ਆ ਠੰਡ ਉਸ ਤੋਂ ਰਾਹਤ ਮਿਲੇਗੀ ਸਾਰੇ